स्वागत है किसान वीरो तुहाडा सिदक डेयरी फार्मिंग दे विच। किसान वीरो अज जिहड़ी वीडियो बना रहे हैं पिंड राऊ वाला, ये पिंड जैतो तहसील तो फरीदकोट जिले का है। जैतो तो बाजा खाना जो जाने दोस्तों तो सेढ़ा सिंह वाला एक पासे तो दूजे पासे राऊ वाला आउंदा चौरस्ता बनता नाल ही कंद वाला पिंड है। वैसे बाजे खाने के नेड़ रह जाता है, बरगाड़ी वालों आने तो झखड़ वाला होकर भी सीधी सड़क जी राऊ वाले पहुँच जाती है। जिहड़े घर चों वीडियो बना रहे दोस्तों भाई व्यापार का काम करता तो उसे वीर को आए हैं जिहदे कोल मैं पहला गल करदा हुंदा वी नग भावें दो होण भावें एक होवे भावें तीन होण सोहणियां वहड़ां वीर खरीददा है। अज भी एच एफ नसल दियां तीन वहड़ां जिहड़ियां तुहानूं दिखाउणगा दोस्तों, तुसीं लास्ट तक वीडियो देख लिओ, थोनू जिहड़ी गां चंगी लगे उहदी तसल्ली करना तुहाडा हक है, पशु नूं देखना समझना वह सारा तुहाडा काम, मेरा काम है थोनू हरेक पक्ष तो पशु दिखाउण दा। आओ शुरुआत करिए इधरले पासे एक वैड़ खड़ी है, इत्थों एक एक करके तिन्ने नग दिखावांगे। मिलदे आ बाई नूं हरप्रीत भाई, सति श्री अकाल। हरप्रीत अज तीन नग अपने, हाँ जी वीरे, पहले नंबर वाली वैड़ कहनवा सूआ, ये दूजा सूआ वीरे, शेर आंदा, ठीक है, परदी खोदा वीरे, इह किहड़े सीमंदी है, पाइपर दी, ठीक है, ਤੇ ਪਹਿਲੇ ਸੂਏ ਪਾਇਆ ਵੀ ਨੇ 34-35 ਕਿਲੋ ਦਾ, ਉਹਦਾ ਕੀ ਰੇਟ ਰਹੂਗਾ ਤੇ ਕਿੰਨੇ ਦਿਨ ਲੱਗਦਾ? 1.75 ਦਿਨ ਕਿੰਨੇ ਲੈਂਦੀ? ਲੈਣੇ ਵੀਰੇ ਇਹਦੇ ਪਾਇਆ 18 ਦਿਨ ਪੂਰੇ ਹੋਣ ਚ, ਠੀਕ ਹੈ, ਖੋਲੀ ਨਾ। ਸੋ ਦੱਸੋ 6 ਦੰਦ ਪਾਈਪਰ ਬੋਲ ਦੀ ਵੀਰ ਕਹਿੰਦਾ ਇਹ ਹੈਗੀ ਆ, ਤੇ ਇਹ ਦੁੱਧ ਦੇਣੇ 34-35 ਲੀਟਰ ਪਹਿਲੇ ਸੂਏ 'ਚ ਪਾਇਆ, ਸੂਆ ਦੂਜਾ 6 ਦੰਦ ਆ, ਦੰਦਾਂ ਦੇ ਵਿੱਚ ਵਹਿੜ ਦੇ ਢਾਂਚੇ ਤੋਂ ਇਹਦੇ ਮੂੰਹ ਤੋਂ ਵੀ ਤੁਹਾਨੂੰ ਲੱਗੂਗਾ ਵੀ ਇਹ ਛੋਟੀ ਉਮਰ ਦੀ ਵੱਛੀ, ਸਹੀ ਹੈ, ਪਹਿਲਣ ਵਹਿੜਾਂ ਅਰਗੀ ਲੱਗਦੀ ਹੈ ਵਾਕਈ ਦੱਸੋ, ਕੋਈ ਸ਼ੱਕ ਨਹੀਂ ਹੈ। ਸੋ ਦੂਜਾ ਸੂਆ ਫੁੱਲ ਚਮਕ ਵਾਲੀ ਚੰਗੇ ਢਾਂਚੇ ਦੀ ਇਹ ਵਹਿੜ, ਡਿਮਾਂਡ 1,75,000 ਹੈ। ਫਾਰਮ ਦੀ ਬਰੀਡ ਹੈ ਦੱਸੋ, ਖੁੱਲ੍ਹੀ ਫਿਰਦੀ ਆਈ ਹੈ ਉਹ ਤਾਂ ਰੱਸੇ ਦੀ ਥੋੜ੍ਹਾ ਬਹੁਤ ਭੱਜ ਨੱਸ ਕਰਦੀ ਹੈ। ਦੇਖੋ ਢਾਂਚਾ ਇਹਦਾ, ਤੁਹਾਨੂੰ ਪਸੰਦ ਆਊਗੀ ਜਿਹੜਾ ਵੀਰ ਆ ਕੇ ਦੇਖੂਗਾ ਉਹਨੂੰ ਵੀ। ਤੋ ਇੱਕ ਸੋਹਣੀ ਵੈੜ ਤੁਹਾਨੂੰ ਦਿਖਾ ਰਹੇ ਹਾਂ, ਡਿਮਾਂਡ 1,75,000, ਮਾਨ ਤਾਣ ਮੌਕੇ 'ਤੇ ਹੋ ਜਾਣਾ ਹੁੰਦਾ, ਬਾਕੀ ਰੇਟ ਵੀਡੀਓ 'ਚ ਇਸ ਕਰਕੇ ਕੀਤੇ ਜਾਂਦੇ ਵੀ ਤੁਹਾਨੂੰ ਸਮਝ ਆ ਜਾਏ ਜਿਹੜਾ ਪਸ਼ੂ ਤੁਸੀਂ ਖਰੀਦਣਾ। ਸੋ ਹਜੇ 18 ਦਿਨਾਂ ਦੀ ਕੱਚੀ ਹੈ ਦੱਸੋ, ਹਵਾਨਾ ਬਣਾਉਣਾ ਸ਼ੁਰੂ ਕੀਤਾ ਹੋਇਆ, ਚੰਗੀ ਚਮਕ ਵੈੜ ਦੇ ਵਿੱਚ ਅਤੇ ਉੱਤੋਂ ਚੌੜਾ ਢਾਂਚਾ ਜਿਹੜਾ ਵੀਰ ਖਰੀਦੂਗਾ, ਟਰਾਂਜੀਸ਼ਨ ਫੀਡ ਵਗੈਰਾ ਉਹਦੇ ਕੋਲ 18 ਦਿਨਾਂ 'ਚ ਆਰਾਮ ਨਾਲ ਗੱਟਾ ਇੱਕ ਖਾ ਜੂਗੀ, ਉਹਦੇ ਨਾਲ ਚੰਗੀ ਤਿਆਰ ਹੋਣ ਦੇ ਆਸਾਰ ਬਣ ਜਾਂਦੇ ਆ। ਸੋ ਇਸ ਤੋਂ ਬਾਅਦ 'ਚ ਇੱਕ ਫੁੱਲ ਵਜਨ ਵਾਲੀ ਵੈੜ ਤੁਹਾਨੂੰ ਦਿਖਾਉਂਦੇ ਹਾਂ ਦੋਸਤੋ, ਪੂਰਾ ਵਜਨ ਬਾਡੀ ਵੇਟ ਫੁੱਲ ਹੈ। ਹਰਪ੍ਰੀਤ ਬਾਈ ਕਿਨਵਾਂ ਸੂਆ 2 ਨੰਬਰ ਆ, ਇਹ ਦੂਜਾ ਸੂਆ ਵੀਰੇ, ਇਹ ਵੀ 6 ਰਾਂ ਦਾ ਪਿਓਰ ਮੂੰਹ, ਠੀਕ ਹੈ, ਅਤੇ ਗਲੈਕਸੀ ਦੀ ਖੋਦਾ ਵੀਰੇ, ਅਤੇ ਪਹਿਲੇ ਸੂਏ ਕੱਢਿਆ 42 ਤੋਂ 43 ਕਿਲੋ ਦੁੱਧ ਵੀਰੇ, ਕਿੰਨੇ ਦਿਨ ਲਓ? ਦਿਨ ਇਹਦੇ ਵੀ ਵੀਰੇ 18 ਹੀ ਪਏ ਆ। ਕੀ ਰੇਟ ਰਹਿਣਾ ਇਹਦਾ? ਇਹਦੇ ਵੀਰੇ 2.25 ਲੱਖ ਰੁਪਈਆ ਖੋਲੀ। ਸੋ ਦੋਸਤੋ 2,25,000 ਰੁਪਏ ਡਿਮਾਂਡ ਹੈ, ਵਜ਼ਨ ਦੇਖਿਓ ਜੇ ਵੈੜ ਦਾ ਗਾਂ ਦਾ, ਜਿਹੜੇ ਭਰੇ ਹੋਏ ਸਾਰੇ ਲਿਖੇ ਹੋਏ ਵੀਰੇ ਆਪਣੇ। ਓਕੇ, ਸੋ ਗਲੈਕਸੀ ਬੋਲ ਦੀ ਬਾਈ ਕਹਿੰਦਾ ਵੀ ਵੈੜ ਹੈ, ਬਰੀਡ ਫਾਰਮ ਦੀ ਹੈ ਦੱਸੋ, ਤੁਸੀਂ ਇਹਦਾ ਵਜ਼ਨ ਦੇਖ ਕੇ ਵੀ ਤੁਹਾਨੂੰ ਅੰਦਾਜ਼ਾ ਹੋਊਗਾ ਘਰੇ ਬੰਨ੍ਹ ਕੇ ਇੱਦਾਂ ਦਾ ਪਸ਼ੂ ਤਿਆਰ ਕਰਨਾ ਔਖਾ ਹੈ। 18 ਦਿਨਾਂ ਦੀ ਕੱਚੀ ਹੈ, 42 ਕਿਲੋ ਦੁੱਧ ਬਾਈ ਕਹਿੰਦਾ ਵੀ ਇਹਨੇ ਪਹਿਲਾਂ ਨੇ ਪਾਇਆ, ਸੂਆ ਦੂਜਾ ਥਣ ਹੱਥੀਂ ਚੁਆਈ ਵਾਲਾ, ਪਰ ਏਡਾ ਢਾਂਚਾ ਇਹਨੇ ਖੁੱਲ੍ਹਾ ਡੁੱਲਾ ਹੀ ਦੁੱਧ ਦੇਣਾ, ਤਾਂ ਉਸ ਹਿਸਾਬ 'ਤੇ ਤੁਸੀਂ ਇਹਦਾ ਅੰਦਾਜ਼ਾ ਲਾ ਲਿਓ ਜੇ। ਵੈਸੇ ਇਹਦਾ ਦੁੱਧ ਜਿਹੜਾ ਉਹ ਮਸ਼ੀਨ ਨਾਲ ਹੀ ਚੋਣਾ ਪੈਣਾ, ਕਿਉਂਕਿ ਦੁੱਧ ਕਰਮ ਵਾਲੀ ਬਹੁਤ ਦੇਊਗੀ। ਤੁਹਾਨੂੰ ਕਿਵੇਂ ਲੱਗੀ ਤੁਸੀਂ ਦੇਖਣਾ, 2.25 ਲੱਖ ਰੁਪਏ ਡਿਮਾਂਡ ਹੈ, ਬਿਊਟੀ ਵੀ ਹੈ ਵੈੜ ਦੇ ਵਿੱਚ, ਅਤੇ ਦੂਜੀ ਗੱਲ ਦੁੱਧ ਵਾਲੇ ਪੱਖ ਤੋਂ ਵੀ ਟੌਪ ਦੀ ਦਿਸਦੀ ਆ। ਸੋ ਚੰਗੀ ਬਰੀਡ, ਚੰਗੀ ਨਸਲ ਇਸ ਵੈੜ ਦੀ ਨਜ਼ਰ ਆ ਰਹੀ ਹੈ, ਹਵਾਨੇ ਦੇ ਉੱਤੇ ਨਾੜਾਂ ਚੰਗਾ, ਬਾਡੀ ਵੇਟ ਇਹਦਾ 2 ਗਾਵਾਂ ਜਿੰਨਾ ਦੱਸੋ, ਇੰਨੀ ਕੁ ਖੁੱਲ੍ਹੇ ਡੁੱਲੇ ਢਾਂਚੇ ਦੀ ਹੈ, ਹਵਾਨਾ ਫਿਕਸ ਜਿਹਾ ਹੈ ਪਰ ਹੈ ਕਾਫੀ ਵੱਡਾ ਆਕਾਰ, ਤੁਸੀਂ ਇਹਦੇ ਥਣ ਦੇਖ ਸਕਦੇ ਹੋ ਦੱਸੋ, ਇੱਥੋਂ ਤੁਸੀਂ ਇਹਦਾ ਹਵਾਨਾ ਦੇਖ ਸਕਦੇ ਹੋ। ਹਰਪ੍ਰੀਤ ਤੋਰ ਅੱਗੇ ਨੂੰ ਬਾਈ, ਉੱਥੋਂ ਅੱਗੋਂ ਘੁਮਾਲਾ ਫਿਰ। ਸੋ ਇੱਕ ਚੰਗੇ ਢਾਂਚੇ ਦੀ ਬਹੁਤ ਸੋਹਣੀ ਵੈੜ ਗਾਂ ਤੁਹਾਨੂੰ ਮੈਂ ਦਿਖਾ ਰਿਹਾ ਦੱਸੋ, ਦੂਜਾ ਸੂਆ ਇਹ ਵੀ 6 ਦੰਦ ਹੈ, ਲੈ ਚੱਲ ਅੰਦਰ ਬਾਈ। ਸੋ ਇਹ ਵੀ 6 ਦੰਦ ਆ ਦੱਸੋ ਮੂੰਹ ਦੇ ਵਿੱਚੋਂ। ਸੋ ਫੁੱਲ ਬਾਡੀ ਵੇਟ ਵਾਲੀ ਚੰਗੇ ਢਾਂਚੇ ਦੀ ਗਾਂ ਇਹ। ਇੱਕ 3 ਨੰਬਰ ਦੇ ਉੱਤੇ ਹੋਰ ਵੈੜ ਹੈਗੀ ਹੈ ਬਾਈ ਕੋਲ, ਇਹਦੀ ਵੀ ਜਾਣਕਾਰੀ ਲੈਂਦੇ ਹਾਂ। ਹਰਪ੍ਰੀਤ ਜਿਹੜੀ ਹੈ 3 ਨੰਬਰ 'ਤੇ ਬਾਈ, ਕਹਿੰਦਾ ਪਹਿਲਾ ਸੂਆ ਵੀਰੇ 4 ਦੰਦ ਦਾ, ਠੀਕ ਹੈ, ਇਹ ਸਟੋਕੀ ਦੀ ਹੈ ਵੀਰੇ, ਕਿੰਨੇ ਦਿਨ ਲੈਂਦੀ ਸੂਆ? ਇਹਦੇ ਦਿਨ ਪਏ ਵੀਰੇ 25-25 ਦੇ, ਠੀਕ ਹੈ, ਕੀ ਡਿਮਾਂਡ ਰਹਿਣੀ ਹਰਪ੍ਰੀਤ? ਇਹਦਾ ਵੀ 2.25 ਹੀ ਹੈ ਵੀਰੇ, ਠੀਕ ਹੈ, ਖੋਲੀ ਇਹਨੂੰ। ਸੋ ਦੱਸੋ ਸਟੋਕੀ ਬੁੱਲ ਦੀ ਵੱਛੀ ਹੈ ਬਾਈ, ਕਹਿੰਦਾ 4 ਦੰਦ ਆ, ਦੂਜੀ ਦੇ ਬਰਾਬਰ ਦਾ ਕੱਦ ਅਤੇ ਹਵਾਨਾ ਫਿਕਸ ਰੱਖੂਗੀ, ਬਿਊਟੀ ਇਹਦੀ ਵੀ ਬਹੁਤ ਹੈ, ਤਿਆਰ ਕਰਨਾ ਵੀਰੇ ਉਹਦੇ ਕੰਮ ਲਈ ਵੱਛੀ, ਸਹੀ ਹੈ। ਸੋ ਦੱਸੋ ਇਹ ਵਾਕਈ ਜੇ ਕਿਸੇ ਵੀਰ ਨੇ ਫਾਰਮ 'ਤੇ ਕੰਮ ਕਰਨਾ,
ਹਾਲਾਂਕਿ ਪੈਸੇ ਦੇ ਹਿਸਾਬ ਤੇ ਕੀਮਤ ਦੇ ਹਿਸਾਬ ਤੇ ਤੁਹਾਨੂੰ ਜਚਣੀਆਂ ਚਾਹੀਦੀਆਂ, ਪਰ ਬਰੀਡ ਵਾਲੇ ਪੱਖ ਤੋਂ ਕੋਈ ਬੰਦਾ ਨਿੰਦ ਨਹੀਂ ਸਕਦਾ ਇੱਦਾਂ ਦੀ। ਇਹ ਬਰੀਡ ਬਾਈ ਕੋਲ ਹੈਗੀ ਹੈ ਇਸ ਟਾਈਮ। ਤਿੰਨ ਨਗ ਇੱਕੋ ਜੇ ਦੱਸੋ, ਦੋ ਵਹਿੜਾਂ ਤਾਂ ਜਿਨ੍ਹਾਂ ਦਾ 2.25 ਲੱਖ ਡਿਮਾਂਡ ਬਣਦੀ ਹੈ, ਇਹ ਤਾਂ ਟੋਪ ਦੀਆਂ ਹੀ ਵਹਿੜਾਂ। ਦੂਜੀ ਵੀ ਵਹਿੜ ਚੰਗੀ ਹੈ, ਪਰ ਇਹਨਾਂ ਦੇ ਮੁਕਾਬਲੇ ਥੋੜ੍ਹਾ ਉਹਦਾ ਬੋਡੀ ਵੇਟ ਘੱਟ ਦਿਸਦਾ। ਸੋ ਇਹ ਚੰਗੇ ਕੱਦ ਕਾਠ ਅਤੇ ਚੰਗੇ ਵਜ਼ਨ ਦੀਆਂ। ਬਿਊਟੀ ਦੇਖੋ ਵਹਿੜ ਦੇ ਵਿੱਚ, ਚਾਰ ਦੰਦ ਹੈ। ਹਵਾਨੇ ਦੀ ਅਗਾੜੀ ਦੱਸੋ, ਅੱਗੋਂ ਨੋਟ ਕਰਿਓ ਜੇ ਕਿੱਥੋਂ ਹਵਾਨਾ ਸ਼ੁਰੂ ਹੋ ਗਿਆ। ਬਾਕੀ ਬਿਨਾਂ ਸ਼ੱਕ HF ਦੇ ਉੱਤੇ ਬੜਾ ਕੰਮ ਹੋਇਆ। ਧੰਨਵਾਦ PDF ਵਰਗੀ ਸੰਸਥਾ ਦਾ ਜਿਹਦੀ ਬਦੌਲਤ ਚੰਗਾ ਸੀਮਨ ਫਾਰਮਰ ਤੱਕ ਪਹੁੰਚਿਆ ਜਾਂ ਜਾਣਕਾਰੀ ਪਹੁੰਚੀ। ਤੁਸੀਂ ਇਸ ਵਾਰ ਜਗਰਾਵਾਂ ਵਾਲਾ ਮੇਲਾ ਦੱਸੋ ਦੇਖਿਆ ਹੋਣਾ, ਇੱਦਾਂ ਦੀ ਕੁਆਲਿਟੀ ਸੀ ਜਿਵੇਂ ਬਾਹਰ ਕਿਸੇ ਅਦਰ ਯੂਰਪ ਦੀ ਕੰਟਰੀ ਦੇ ਸ਼ੋਅ ਦੇ ਵਿੱਚ ਹਿੱਸਾ ਲੈ ਰਹੇ ਹੋਈਏ। ਤੋਰੀ ਬਈ ਅੱਗੇ ਨੂੰ। ਸੋ ਇਹ ਉਸੇ ਸੰਸਥਾ ਦੀ ਬਦੌਲਤ ਹੈ ਅਤੇ ਤਾਂ ਹੀ ਇੱਦਾਂ ਦੇ ਨਗੀਨੇ ਘਰਾਂ ਦੇ ਵਿੱਚੋਂ ਤਿਆਰ ਹੋ ਕੇ ਨਿਕਲਦੇ ਆ, ਫਾਰਮਾਂ 'ਚੋਂ ਨਿਕਲਦੇ ਆ ਜਿਹੜੇ ਤੁਹਾਡੇ ਤੱਕ ਪਹੁੰਚਦੇ ਆ। ਸਹੀ ਹੈ। ਸਟਾਰਟਿੰਗ ਦੇਖੋ ਦੋਸਤੋ ਹਵਾਨੇ ਦੀ, ਹਰਪ੍ਰੀਤ ਇੱਥੇ ਹੋਰ ਗੇੜਾ ਕੌੜਾ ਆਇਆ ਬਾਈ। ਸੋ ਇਹ ਦੱਸੋ 2.25 ਲੱਖ ਰੁਪਇਆ ਇਹਦੀ ਡਿਮਾਂਡ ਬਾਈ ਨੇ ਕੀਤੀ ਹੈ। ਜੋੜੇ ਦੀ ਡਿਮਾਂਡ 4.5 ਲੱਖ ਬਣਦੀ ਹੈ, ਪਰ ਇੱਕ ਟੌਪ ਦੀ ਬਰੀਡ ਤੋਂ ਸ਼ੁਰੂਆਤ ਹੋਊਗੀ ਜਿਹੜਾ ਵੀਰ ਫਾਰਮ ਦਾ ਕੰਮ ਕਰਨਾ ਚਾਹੁੰਦਾ ਹੈ। ਓਕੇ। ਸੋ ਬਾਈ ਥੋੜ੍ਹਾ ਦੂਰ ਤੋਂ ਬੋਲ ਰਿਹਾ ਹੋ ਸਕਦਾ, ਕਈ ਵਾਰ ਆਵਾਜ਼ ਕੈਚ ਨਾ ਕੀਤੀ ਹੋਵੇ। ਤਾਂ ਬਾਈ ਕਹਿੰਦਾ ਵੀ ਤਿਆਰ ਹੋ ਗਈ, ਉਦੋਂ ਰੇਟ ਹੋਰ ਹੋਊਗਾ। ਕੱਚੀ ਦਾ ਰੇਟ ਇੰਨਾ ਦਾ, ਮੁੱਲ ਮਿਲਿਆ ਤਾਂ ਬਾਈ ਕਹਿੰਦਾ ਵੇਚਾਂਗੇ, ਨਹੀਂ ਫਿਰ ਘਰੇ ਦੁੱਧ ਦੇ ਉੱਤੇ ਲਾਵਾਂਗੇ। ਇੱਦਾਂ ਦੀ ਬੈਠ। ਅੱਛਾ, ਇਹ ਦੋਨੇ ਇੱਕੋ ਫਾਰਮ ਚੋਂ ਆਈਆਂ ਜਾਂ ਫਾਰਮ ਚ ਆਈਆਂ ਵੀਰੇ ਜੋੜਾ ਹੈ? ਠੀਕ ਹੈ। ਓਕੇ, ਜੋ ਜਿਹੜੀ ਵਿਚਾਲੇ ਖੜੀ ਹੈ ਤੇ ਕੇ ਬੱਚੀ। ਓਕੇ। ਸੋ ਦੋਸਤੋ ਇਹ ਦੋ ਵਹਿਣਾ ਬਾਈ ਕਹਿੰਦਾ ਇੱਕੋ ਫਾਰਮ ਦੇ ਵਿੱਚੋਂ ਆਈਆਂ, ਲਿਆਜੀ ਯਾਰ ਦੋਸਤ ਤੋਂ ਆਈਆਂ। ਜੇ ਚੰਗੀਆਂ ਵਿਕਦੀਆਂ ਤਾਂ ਵੇਚੂਗਾ ਬਾਈ, ਤੇ ਨਹੀਂ ਫਿਰ ਦੁੱਧ ਤੇ ਵੀਰ ਕਹਿੰਦਾ ਲਾਵਾਂਗੇ। ਲਿਆ ਹਰਪ੍ਰੀਤ ਨੂੰ ਬਾਈ। ਸੋ ਇਹ ਵੀ ਵਹਿੜ ਤੁਸੀਂ ਦੇਖੋ, ਤੇ ਲਾਸਟ ਉੱਤੇ ਮੇਰਾ ਦਿਲ ਕਰਦਾ ਵੀ ਤੁਹਾਨੂੰ ਜਿਹੜੀ 2 ਨੰਬਰ ਤੇ ਵਹਿੜ ਤੋਰੀ ਸੀ ਉਹ ਫਿਰ ਤੁਹਾਨੂੰ ਦਿਖਾ ਦਿਆਂ, ਕਿਉਂਕਿ ਲਗਭਗ ਸੇਮ ਦਿਸਦੀਆਂ ਦੋਨੇ। ਅਤੇ ਪਹਿਲਣਾ 4 ਦੰਦ ਹੈ ਅਤੇ ਦੂਜੀ ਜਿਹੜੀ ਉਹ ਦੂਜਾ ਸੂਆ 6 ਦੰਦ ਹੈ। ਦੁੱਧ ਦੋਨਾਂ ਨੇ ਹੀ ਕਰਮ ਵਾਲੀ ਨੇ ਜਿਹੜਾ ਵੀਰ ਮਿਹਨਤ ਕਰੂਗਾ ਉਹਦਾ ਮੁੱਲ ਮੋੜਨੇਗਾ। ਠੀਕ ਹੈ, ਬਾਈ ਨੂੰ ਆਸ ਆ ਵੀ 240 ਕਿਲੋ ਤੋਂ ਬਾਅਦ ਪਹਿਲਣੀ ਦੇਊਗੀ। ਸੋ ਇਹ ਫਿਰ ਇੱਕ ਵਾਰ ਤੋਰ ਕੇ ਤੁਹਾਨੂੰ ਦਿਖਾ ਦਈਏ। ਹੈ ਤਾਂ ਦੋਸਤੋ ਥੋੜ੍ਹੀ ਜਿਹੀ ਫਾਰਮ ਦੇ ਵਿੱਚੋਂ ਆਈ ਕਰਕੇ ਕਾਹਲੀ ਕਰਦੀ ਹੈ, ਪਰ ਚੰਗੀ ਚੀਜ਼ ਜਿੰਨੀ ਤੁਸੀਂ ਵੀ ਵੱਧ ਦੇਖੋਗੇ। ਬੇਸ਼ੱਕ ਕਿਸੇ ਨੇ ਖਰੀਦਣੀ ਹੈ ਜਾਂ ਕੋਈ ਸ਼ੌਂਕੀਆ ਵੀਡੀਓ ਦੇਖ ਰਿਹਾ ਤਾਂ ਉਹ ਵੀਰ ਦਾ ਸ਼ੌਂਕ ਵੀ ਪੂਰਾ ਹੋਊਗਾ, ਅਤੇ ਦੂਜੀ ਗੱਲ ਇੱਕ ਇਹਨਾਂ ਵੀਡੀਓ ਤੋਂ ਮੋਟੀਵੇਸ਼ਨ ਮਿਲਦੀ ਹੈ ਦੋਸਤੋ ਵੀ ਆਪਾਂ ਜੇ ਪਸ਼ੂ ਸਾਂਭਣੇ ਆ, ਗਾਵਾਂ ਸਾਂਭਣੀਆਂ, ਤਾਂ ਕੇਅਰ ਇੱਦਾਂ ਦੀ ਕਰਿਆ ਕਰੋ, ਬਰੀਡ ਦੇ ਉੱਤੇ ਕੰਮ ਕਰੋ, ਕਿਉਂਕਿ ਜਦੋਂ ਵੇਚੋਂ ਤੁਹਾਡੀ ਗਰਜ਼ ਪੂਰੀ ਕਰਨ ਅਤੇ ਜੇ ਘਰੇ ਖੜਨ ਤਾਂ ਫਿਰ ਤੁਹਾਡਾ ਦੁੱਧ ਦਾ ਜਿਹੜਾ ਉਹ 2-3 ਨਾਗ ਹੀ ਸਾਰ ਦੇਣ, ਬਾਹਲੇ ਭਾਵੇਂ ਨਾ ਬੰਨੇ ਪੈਣ। ਸੋ ਦੇਖੋ ਇਹਦੀ ਵੀ ਬਰੀਡ ਦੱਸੋ, ਵਜ਼ਨ ਦੇਖ ਸਕਦੇ ਹੋ, ਹਾਈਟ ਲੈਂਥ ਸਾਰਾ ਕੁਝ ਨੋਟ ਕਰਨ ਵਾਲੀ ਗੱਲ ਹੈ। ਥਣ ਦਾ ਸਾਈਜ਼ ਬੜਾ ਸੋਹਣਾ ਅਤੇ ਹਵਾਨਾ ਬੜਾ ਫਿਕਸ ਜਿਹਾ ਰੱਖੂਗੀ, ਹਜੇ ਪੂਰਾ ਹਵਾਨਾ ਭਰਨਾ ਹੈ। ਉੱਤੋਂ ਸਟਰਕਚਰ ਦੇਖ ਸਕਦੇ ਹੋ, ਚੜਾਈ ਨੋਟ ਕਰਿਓ, ਕਾਫੀ ਚੰਗੀ ਦਿਸਦੀ ਹੈ। ਲਿਆ ਬਾਈ ਕਮਾਲਾ। ਸੋ ਬਹੁਤ ਸੋਹਣੀ ਵੈੜ ਦੱਸੋ, ਫੋਰ ਸੇਲ ਹੈ। ਸੋ ਅੱਜ ਦੀ ਵੀਡੀਓ 'ਚ 3 ਨਾਗ ਦੱਸੋ ਵਿਕਰੀ ਵਾਲੇ ਸੀ ਜਿਹੜੇ ਤੁਹਾਨੂੰ ਦਿਖਾਤੇ ਹੈ, ਤੁਸੀਂ ਦੇਖ ਕੇ ਆਪਦੀ ਸਮਝ ਨਾਲ ਪਸ਼ੂ ਖਰੀਦ ਲਓ ਜੇ। ਨੰਬਰ ਬਾਈ ਦਾ ਸਕਰੀਨ 'ਤੇ ਹੈ। ਧੰਨਵਾਦ।